ਜਦੋਂ ਵੀ ਗੱਲ ਵਿਗਿਆਨ ਦੀ ਚੱਲਦੀ ਹੈ ਤਾਂ ਸਭ ਤੋਂ ਪਹਿਲਾਂ ਜਿਸ ਮੁਲਕ ਦਾ ਨਾਮ ਜ਼ਹਿਨ ਵਿੱਚ ਆਉਂਦਾ ਹੈ ਉਹ ਹੈ ਜੀ ਯੂਨਾਈਟਿਡ ਸਟੇਟਸ ਆਫ ਅਮੈਰੀਕਾ। ਅਤੇ ਜੇਕਰ ਅਸੀਂ ਗੱਲ ਕਰੀਏ ਗਿਆਨ ਦੀ ਤਾਂ ਜਿਸ ਮੁਲਕ ਨੂੰ ਸਭ ਤੋਂ ਪਹਿਲਾਂ ਤਵੱਜੋ ਦਿੱਤੀ ਜਾਂਦੀ ਹੈ ਉਹ ਹੈ ਜੀ ਭਾਰਤ। ਸਾਡੇ ਮੁਲਕ ਵਿੱਚ ਵੱਖ ਵੱਖ ਧਰਮ ਨੇ ਅਤੇ ਹਰ ਇੱਕ ਧਰਮ ਦਾ ਇੱਕੋ ਇੱਕ ਸਨੇਹ ਹੈ ਕਿ ਰੱਬ ਨੂੰ ਹਮੇਸ਼ਾ ਚੇਤੇ ਰੱਖੋ। ਲੇਕਿਨ ਇਸ ਮੁਲਕ ਵਿੱਚ ਇੱਕ ਇਹੋ ਜਿਹੇ ਵੀ ਭਗਤ ਨੇ ਜੋ ਕਹਿੰਦੇ ਹਨ ਕਿ ਟਰੰਪ ਨੂੰ ਚੇਤੇ ਰੱਖੋ। ਇਹ ਖਬਰ ਹੈ ਜੀ ਇੰਡੀਆ ਦੇ ਤੇਲੰਗਾਨਾ ਤੋਂ, ਜਿੱਥੇ 31 ਵਰਸ਼ ਦੇ ਇੱਕ ਕਿਸਾਨ ਕ੍ਰਿਸ਼ਨਾ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਧਿਆਉਂਦੇ ਹਨ। ਅਸਲ ਵਿੱਚ ਖਬਰ ਇਹ ਹੈ ਕਿ USA ਵਿੱਚ ਪਿਛਲੇ ਕਾਫੀ ਚਿਰ ਤੋਂ ਇੰਡੀਅਨਸ ਪ੍ਰਤੀ ਹੇਟ ਕ੍ਰਾਈਮ ਦੇ ਸਿਲਸਿਲੇ ਵੱਧਦੇ ਜਾ ਰਹੇ ਹਨ ਅਤੇ ਹਾਲ ਹੀ ਵਿੱਚ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਕ੍ਰਿਸ਼ਨਾ ਨੂੰ ਇਹ ਗਹਿਰਾ ਸਦਮਾ ਲੱਗਿਆ ਅਤੇ ਉਹਨਾਂ ਨੇ ਡੋਨਲਡ ਟਰੰਪ ਦੀ ਤਸਵੀਰ ਨੂੰ ਧਿਆਉਣਾ ਸ਼ੁਰੂ ਕਰ ਦਿੱਤਾ। ਕ੍ਰਿਸ਼ਨਾ ਦਾ ਮੰਨਣਾ ਹੈ ਕਿ ਇੰਡੀਅਨਸ ਦੀ ਖਾਸ ਤਾਕਤ ਹੈ ਵਾਰ ਨਾਲ ਨਹੀਂ ਬਲਕਿ ਪਿਆਰ ਨਾਲ ਦੁਨੀਆ ਨੂੰ ਸੁਧਾਰਨਾ। ਇਸੇ ਕਰਕੇ ਉਹ ਟਰੰਪ ਦੀ ਫੋਟੋ ਨੂੰ ਬਾਕੀ ਦੇਵਤਿਆਂ ਦੀ ਫੋਟੋਆਂ ਨਾਲ ਰੱਖ ਕੇ ਪੂਜਦੇ ਹਨ ਅਤੇ ਉਸ ਦੀ ਆਰਤੀ ਵੀ ਕਰਦੇ ਹਨ। ਉਹਨਾਂ ਦਾ ਮੰਨਣਾ ਹੈ ਕਿ ਜੇਕਰ ਪ੍ਰਾਰਥਨਾ ਦੇਵਤਿਆਂ ਤੱਕ ਪਹੁੰਚ ਸਕਦੀ ਹੈ ਤਾਂ ਟਰੰਪ ਤੱਕ ਵੀ ਜ਼ਰੂਰ ਪਹੁੰਚ ਸਕਦੀ ਹੈ। ਦੁਨੀਆ ਨੂੰ ਸੁਧਾਰਨ ਦੀ ਅਤੇ USA ਵਿੱਚ ਇੰਡੀਅਨਸ ਪ੍ਰਤੀ ਹੇਟ ਕ੍ਰਾਈਮ ਦੇ ਸਿਲਸਿਲੇ ਨੂੰ ਘਟਾਉਣ ਦੀ ਕ੍ਰਿਸ਼ਨਾ ਦੀ ਇਹ ਪ੍ਰਾਰਥਨਾ ਡੋਨਲਡ ਟਰੰਪ ਤੱਕ ਪਹੁੰਚਦੀ ਹੈ ਕਿ ਨਹੀਂ ਪਹੁੰਚਦੀ, ਇਹ ਤਾਂ ਆਉਣ ਵਾਲਾ ਸਮੇਂ ਹੀ ਦੱਸੂਗਾ। ਲੇਕਿਨ ਇੰਡੀਆ ਤੋਂ ਜੁੜੀਆਂ ਇਹੋ ਜਿਹੀਆਂ ਵੀਅਰਡ ਅਤੇ ਵਾਇਰਲ ਸਟੱਫ ਨੂੰ ਵੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਤੇ ਜੇਕਰ ਤੁਹਾਨੂੰ ਨਿਊਜ਼ ਪਸੰਦ ਆਈ ਹੈ ਤਾਂ ਇਹਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ। ਅਨਟਿਲ ਦੈਨ, ਔਨ ਕੈਮਰਾ ਵਿੱਚ ਸ਼ਾਂਤ ਨੂੰ ਮੈਂ ਜਸਮੀਤ ਤੁਹਾਡੇ ਸਾਰਿਆਂ ਤੋਂ ਲੈਣਾ ਇਜਾਜ਼ਤ ਅਤੇ ਤੁਸੀਂ ਚੈੱਕ ਕਰੋ ਸਾਡੀ ਨੈਕਸਟ ਨਿਊਜ਼। gabru.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਚ।